ਉਹਦਾ ਵੇਖਣੇ ਦਾ ਅੰਮੀ ਇਸ ਟਹਿਲ ਮਾਰ ਗਿਆ ਨੀ ਇੱਕ ਬਾਹ ਨੂੰ ਚੜਾਉਣ ਵਾਲਾ ਵੈਲ ਮਾਰ ਗਿਆ ਫਿਰ ਕੀ ਹੋਣਾ ਸੀ ਉਹ ਤੇ ਮੈਂ ਮਰ ਗਈ ਉਹ ਵੀ ਜਾਂਦਾ ਜਾਂਦਾ ਨੀ ਸਮੈਲ ਮਾਰ ਗਿਆ ਉਹ ਬੇੜਾ ਕਾਰੋਬਾਰ ਪੁੱਛੇ ਦਿਲ ਦੇ ਦਿੱਤਾ ਮਾਫ ਕਰੀ ਅਣਗਹਿਲੀ ਨਾਲ ਹੋ ਗਿਆ ਆਏ ਨੀ ਮਾਏ ਮੈਂ ਸੀ ਜੱਜ ਬਣਨਾ ਕੀ ਕਰਾ ਪਿਆਰ ਵੈਲੀ ਨਾਲ ਹੋ ਗਿਆ ਕਿਵੇਂ ਉਹਦੇ ਉਲਟ ਸੁਣਾਉ ਫੈਸਲੇ ਨੀ ਮਰ ਜਾਣਾ ਜੀਣ ਦਾ ਸਵਾਲ ਹੋ ਗਿਆ ਮੈਂ ਰਫਲਾ ਚਲਾਉਣ ਦਾ ਸੀ ਸ਼ੌਂਕ ਰੱਖਦੀ ਔਰ ਰਫਲਾ ਤਾਂ ਮਰ ਜਾਣਾ ਉਹ ਵੀ ਰੱਖਦਾ ਸੋਚਿਆ ਸੀ ਫੀਮ ਫੂਮ ਬੈਨ ਕਰ ਤੂੰ ਕੀ ਕਰ ਮਰ ਜਾਣਾ ਉਹ ਵੀ ਛੱਕਦਾ ਦੂਜੀ ਵਾਰੀ ਸੋਚਣੇ ਦਾ ਮੌਕਾ ਨਾ ਦਿੱਤਾ ਹੁਣ ਤੇਰਾ ਇਸ਼ਕ ਪਹਿਲੀ ਵਾਰ ਹੋ ਗਿਆ ਆਏ ਨੀ ਮਾਏ ਮੈਂ ਸੀ ਜੱਜ ਬਣਨਾ ਕੀ ਕਰਾਂ ਪਿਆਰ ਵੈਲੀ ਨਾਲ ਹੋ ਗਿਆ ਕਿਵੇਂ ਉਹਦੇ ਉਲਟ ਸੁਣਾਉ ਫੈਸਲੇ ਨੀ ਮਰ ਜਾਣਾ ਜੀਣ ਦਾ ਸਵਾਲ ਹੋ ਗਿਆ ਆਏ ਨੀ ਮਾਏ ਮੈਂ ਸੀ ਜੱਜ ਬਣਨਾ ਜੀਨੂੰ ਭੇਜਣੇ ਸਮਣ ਸੀ ਮੈਂ ਅੰਮੀਏ ਤੇਜ ਬੇਟੀ ਖਾਤੇ ਉਹਨੂੰ ਨੀ ਮੈਂ ਪਿਆਰ ਦੇ ਗੱਡੀਆਂ ਤਾਂ ਕੋਲ ਚਾਰ ਪੰਜ ਨੇ ਪਰ ਨੰਬਰ ਇੱਕੋ ਹਰ ਕਾਰ ਤੇ ਉਹ ਮਾਵਾ ਕੁੜਤੇ ਤੇ ਟੱਬੀ ਵਿੱਚ ਪਾ ਕੇ ਰੱਖਦਾ ਪੈਂਦਾ ਲੀਡਰਾਂ ਨਾਲ ਅੱਖ ਜੀ ਖੜਾ ਕੇ ਰੱਖਦਾ ਮੇਰੇ ਕੰਨ ਸੁਣਨੇ ਕਿੱਥੋਂ ਰਹਿਣ ਦੇ ਦੁਕਾਨੀ ਹੱਥ ਵਹਿਰੀਆਂ ਦੇ ਕੰਨੀ ਜੋ ਲਵਾ ਕੇ ਰੱਖਦਾ ਹੋਰ ਕੁਝ ਮੇਰੇ ਨਾ ਖਿਆਲ ਚ ਆਇਆ ਜਤਨ ਦਾ ਮੇਰਾ ਉਹ ਖਿਆਲ ਹੋ ਗਿਆ ਆਏ ਨੀ ਮਾਏ ਮੈਂ ਸੀ ਜੱਜ ਬਣਨਾ ਕੀ ਕਰਾਂ ਪਿਆਰ ਵੈਲੀ ਨਾਲ ਹੋ ਗਿਆ ਕਿਵੇਂ ਉਹਦੇ ਉਲਟ ਸੁਣਾਉ ਫੈਸਲੇ ਨੀ ਮਰ ਜਾਣਾ ਜੀਣ ਦਾ ਸਵਾਲ ਹੋ ਗਿਆ ਜਿਹਨੂੰ ਜੀ ਬੇਣਾ ਬੋਲਦਾ ਨੀ ਸ਼ਹਿਰ ਸਾਰਾ ਮੈਨੂੰ ਜੀ ਜੀ ਕਰਦਾ ਜੀ ਕਰਦਾ ਉਹ ਐਤਵਾਰ ਨੂੰ ਵੀ ਹੁੰਦਾ ਪੱਟੂ ਮਾਰਦੇ ਇਹੋ ਜਿਹਾ ਖੁਰ ਕੀ ਕਰਦਾ ਔਲਖ ਸ਼ਿਕਾਰੀ ਵੱਜਦਾ ਮੇਰੇ ਲਈ ਤਾਂ ਚੰਦਰਾ ਉਜਾਲ ਹੋ ਗਿਆ ਆਏ ਨੀ ਮਾਏ ਮੈਂ ਸੀ ਜੱਜ ਬਣਨਾ ਕੀ ਕਰਾਂ ਪਿਆਰ ਵੈਲੀ ਨਾਲ ਹੋ ਗਿਆ ਸਤਿ ਸ਼੍ਰੀ ਅਕਾਲ ਜੀ। ਸੋ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਜੱਜ ਗਾਣਾ? ਲਾਈਕ ਅਤੇ ਕੋਮੈਂਟਸ ਕਰਕੇ ਜ਼ਰੂਰ ਦੱਸਿਓ। ਤੁਹਾਡਾ ਆਪਣਾ ਚੈਨਲ ਅਮਨ ਕੀਰਤ ਔਲਖ, ਸਬਸਕ੍ਰਾਈਬ ਕਰਨਾ ਨਾ ਭੁੱਲੋ। ਸਤਿ ਸ਼੍ਰੀ ਅਕਾਲ।